vabbè, pure crono. Pure crono, pure crono. Yamkar Murtama. Murtama, Murtama. Yamkar Murtama. Murtama. Adayka Tindaba. Tindaba, Tindaba. Yamkar Murtama. Murtama, Murtama. Yamkar Murtama. Murtama, Murtama. ਟੈਕਨੀਕਲ ਸਰਵਿਸਿਜ਼ ਯੂਨੀਅਨ ਜੀਰਾ ਦੇ ਵੱਲੋਂ ਆਪਣੀਆਂ ਹੱਕੀ ਮੰਗਾਂ ਲਾਗੂ ਕਰਵਾਉਣ ਦੇ ਲਈ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਬਜਟ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ। ਇਸ ਮੌਕੇ ਕਿਹਾ ਗਿਆ ਕਿ ਜੇਕਰ ਹੱਲ ਨਾ ਹੋਇਆ ਤਾਂ ਸੜਕਾਂ ਵੀ ਜਾਮ ਕਰ ਦਿੱਤੀਆਂ ਜਾਣਗੀਆਂ। ਦਰਅਸਲ ਜੁਆਇੰਟ ਫੋਰਮ ਦੇ ਸੱਦੇ ਦੇ ਉੱਤੇ ਸਬ ਡਿਵੀਜ਼ਨ ਜੀਰਾ ਵਿਖੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਕੇ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ, ਜਿਸ ਦੀ ਅਗਵਾਈ ਸਬ ਡਿਵੀਜ਼ਨ ਪ੍ਰਧਾਨ ਬਲਜਿੰਦਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੌਕੇ ਸਾਫ਼ ਤੌਰ ਦੇ ਉੱਤੇ ਕਿਹਾ ਗਿਆ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਰਕਾਰ ਦੇ ਵਿਰੁੱਧ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ ਤੇ ਸੜਕਾਂ ਨੂੰ ਜਾਮ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ। ਬਿਊਰੋ ਰਿਪੋਰਟ, ਅੱਜ ਦੀ ਆਵਾਜ਼। ਪੰਜਾਬ ਦੇ ਸੱਦੇ ਤੇ ਵੱਖ ਵੱਖ ਜੱਦੀਆਂ ਬੰਦੀਆਂ ਦੇ ਵੱਲੋਂ ਜੋ ਪੰਜਾਬ ਸਰਕਾਰ ਨੇ ਬਜਟ ਰੱਖਿਆ ਸੀਗਾ ਉਹਦੇ ਵਿੱਚ ਮੁਲਾਜ਼ਮਾਂ ਨੂੰ ਕੁਛ ਨਹੀਂ ਦਿੱਤਾ। ਅਸੀਂ ਅੱਜ ਉਹਦੇ ਵਿਰੋਧ ਵਿੱਚ ਜੋ ਸਾਨੂੰ ਪੰਜਾਬ ਵੱਲੋਂ ਸਾਡੀਆਂ ਮੁਲਾਜ਼ਮ ਦਸਤੇ ਵਾਲੀਆਂ ਜੁਆਇੰਟ ਫੋਰਮ ਵੱਲੋਂ ਸਾਨੂੰ ਸੱਦਾ ਲੱਗਾ ਸੀ ਕਿ ਅੱਜ ਇਹ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਜਾਵੇ। ਅੱਜ ਅਸੀਂ ਉਹਦੇ ਬੇਸ 'ਤੇ ਹੀ ਅੱਜ ਜਿਹੜੇ ਇਹਨਾਂ ਨੇ ਬਿੱਲ ਲਿਆਂਦਾ ਸੀ ਉਹ ਬਿੱਲ ਸਾੜੇ ਗਏ ਆ, ਅਤੇ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪਿਛਲੇ ਜਦੋਂ ਇਹ ਚੋਣਾਂ ਵਿੱਚ ਆਏ ਸੀਗੇ ਉਦੋਂ ਇਹ ਬੜੇ ਬੜੇ ਵਾਅਦੇ ਕਰਕੇ ਆਏ ਸੀਗੇ ਕਿ ਮੁਲਾਜ਼ਮਾਂ ਨੂੰ ਕੋਈ ਧਰਨਾ ਨਹੀਂ ਲੱਗਣ ਦਿੱਤਾ, ਪਰ ਅੱਜ ਜੋ ਧਰਨੇ ਅਗਲੀਆਂ ਸਰਕਾਰਾਂ ਨਾਲੋਂ ਵੱਧ ਲੱਗ ਰਹੇ ਆ, ਅੱਜ ਹਰੇਕ ਗਰੀਬ ਮੁਲਾਜ਼ਮ, ਗਰੀਬ ਵਰਗ ਆ, ਮੁਲਾਜ਼ਮਾਂ ਜਾਂ ਕਿਸਾਨ ਆ, ਅੱਜ ਤਰ੍ਹਾਂ ਤਰ੍ਹਾਂ ਕਰ ਰਹੇ ਆ। ਉਹ ਆਪਦੀਆਂ ਹੱਕੀ ਮੰਗਾਂ ਲਈ ਸੜਕਾਂ 'ਤੇ ਬੈਠੇ ਆ, ਪਰ ਇਹ ਪੰਜਾਬ ਸਰਕਾਰ, ਇਹ ਸੈਂਟਰ ਸਰਕਾਰ ਆ ਜਿਹੜੀ ਇਹਨਾਂ ਦੇ ਕੰਨ 'ਤੇ ਜੂ ਨਹੀਂ ਸਰਕ ਰਹੀ। ਪਰ ਹੁਣ ਜਿਹੜਾ ਐਮ ਪੀ ਦੀ ਚੋਣਾਂ ਦਾ ਵਿਗਲ ਵੱਜਾ ਹੈ, ਅੱਜ ਮੁਲਾਜ਼ਮ ਵੀ ਚਾਹੁੰਦੇ ਆ ਕੋਈ ਨਾ ਕੋਈ ਇਹ ਦੇਣ, ਥੈਲੇ 'ਚੋਂ ਬਿੱਲੀ ਨਿਕਲੇ, ਪਰ ਇਹ ਕੁਛ ਨਹੀਂ ਮੁਲਾਜ਼ਮਾਂ ਨੂੰ ਦੇ ਕੇ ਰਾਜੀ। ਅੱਜ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਜੋ ਇਹਨਾਂ ਦੀਆਂ ਮੰਗਾਂ, ਮੰਨੀਆਂ ਹੋਈਆਂ ਮੰਗਾਂ, ਉਹਨਾਂ ਨੂੰ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ, ਨਹੀਂ ਤਾਂ ਇਹ ਸੰਘਰਸ਼ ਆ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤਿੱਖਾ ਕਰਕੇ, ਲਾਮਬੰਦ ਕਰਕੇ ਅਸੀਂ ਲੋੜ ਪਈ ਤਾਂ ਇਹ ਸੜਕਾਂ ਨੂੰ ਜਾਮ ਕਰਾਂਗੇ। ਇੰਨਾ ਕਹਿੰਦਾ ਹੈ ਮੈਂ ਆਪਣੀ ਥਾਂ ਹਾਂ। ਜੈ ਜਨਤਾ, ਜੈ ਸੰਘਰਸ਼, ਜਿੱਤ ਲੜਦੇ ਲੋਕਾਂ ਦੀ।